ਸ਼ਸ਼ੀ ਕਾਲੀ ਸਾਰੇ ਨੂੰ ਇੱਕ ਵਾਰ ਫੇਰ ਤੋਂ ਹਾਜ਼ਰ ਹੋ ਗਏ ਆ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਚੈਨਲ ਸਟੱਡੀ ਐਂਡ ਜੌਬ ਅਲਰਟਸ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਆਂ ਗੱਲ ਕਰਾਂਗੀ ਜੀ ਹਰ ਰੋਜ਼ ਤਰ੍ਹਾਂ ਪੰਜਾਬ ਅਤੇ ਪੰਜਾਬ ਦੇ ਸਕੂਲਾਂ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਤੋਂ ਵੱਡੀਆਂ ਤੇ ਤਾਜ਼ਾ ਖਬਰਾਂ ਦੀ ਸਭ ਤੋਂ ਪਹਿਲਾਂ ਦੋਸਤੋ ਜੇਕਰ ਤੁਹਾਡੇ ਚੈਨਲ ਤੇ ਪਹਿਲੀ ਵਾਰ ਨਵੇਂ ਹੋ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਤੇ ਅਜੇ ਤੱਕ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਤੁਹਾਡੇ ਅਗੇ ਛੋਟੀ ਜਿਹੀ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਕਿਉਂਕਿ ਤੁਹਾਨੂੰ ਆਪਣੇ ਚੈਨਲ ਦੇ ਪੰਜਾਬ ਅਤੇ ਪੰਜਾਬ ਦੇ ਸਕੂਲਾਂ ਦੇ ਨਾਲ ਜੁੜੀਆਂ ਹੋਈਆਂ ਵੱ ਵੱਡੀਆਂ ਤੇ ਤਾਜ਼ਾ ਖਬਰਾਂ ਲਗਾਤਾਰ ਹੀ ਦੇਖਣ ਦੀ ਨਹੀਂ ਮਿਲਦੀਆਂ ਰਹਿੰਦੀਆਂ ਨੇ ਤਾਂ ਚਲੋ ਫਿਰ ਸ਼ੁਰੂਆਤ ਕਰ ਲੈਣੇ ਜੀ ਇਸ ਸਮੇਂ ਦੀ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਤੋਂ ਪਹਿਲੀ ਵੱਡੀ ਖਬਰ ਹੈ ਜੀ ਡਰੋਨ ਲੱਗੀ ਕਰੋਨਾ ਦੀ ਤੇਜ਼ ਰਫ਼ਤਾਰ ਦੇਸ਼ ਵਿੱਚ 24 ਘੰਟੇ ਦੇ ਵਿੱਚ 10000 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ ਜੀ ਹਾਂ ਪਿਆਰੇ ਦੋਸਤੋ ਦੇਸ਼ ਵਿੱਚ ਕਰੋਨਾ ਇੱਕ ਵਾਰ ਮੁੜ ਤੋਂ ਮੁਸੀਬਤ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਹਰ ਰੋਜ਼ ਕਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਨੇ ਆਏ ਦਿਨ ਕਰੋਨਾ ਦੇ ਮਾਮਲੇ 9000 ਤੋਂ ਪਾਰ ਸਾਹਮਣੇ ਆ ਰਹੇ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕਰੋਨਾ ਅੰਕੜਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਮੁਤਾਬਕ ਕਿ ਪਹਿਲੇ 24 ਘੰਟਿਆਂ ਵਿੱਚ ਕਰੋਨਾ ਦੇ 10753 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਜਿਸ ਤੋਂ ਬਾਅਦ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 53000 772 ਹੋ ਚੁੱਕੀ ਏ ਅਗਲੀ ਖਬਰ ਅਗਲੀ ਵੱਡੀ ਖਬਰਾਂ ਜੀ ਦੋ ਦਿਨ ਲੂੰ ਦੇ ਥਪੇੜੇ ਫਿਰ ਪੰਜਾਬ ਹਰਿਆਣਾ ਵਿੱਚ ਮੀਂਹ ਦੇ ਭਾਰੀ ਅਸਾਰ ਜੀ ਹਾਂ ਪਿਆਰੇ ਦੋਸਤੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਅਨੁਸਾਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਹੀਟ ਵੇਵ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰੀ ਰਾਜਸਥਾਨੀ ਦਿੱਲੀ ਅਤੇ ਹੋਰ ਕਈ ਸੂਬਿਆਂ ਵਿੱਚ ਹੀਟ ਵੇਵ ਕਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਇਸ ਤੋਂ ਲਾ ਬਾ ਦੋਸਤੋ ਮੌਸਮੇ ਪਾਗ ਨੇ ਪੰਜਾਬ ਹਰਿਆਣਾ ਵਿੱਚ 16 ਅਤੇ 17 April ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਆ ਅਗਲੀ ਖਬਰ ਅਗਲੀ ਵੱਡੀ ਖਬਰ ਦੀ ਪੰਜਾਬ ਸਕੂਲਾਂ ਬਾਰੇ ਵੱਡੀ ਖੁਸ਼ ਖ਼ਬਰੀ ਆ ਚੁੱਕੀ ਜੀ ਪੰਜਾਬ ਬੋਰਡ ਜਲਦ ਐਲਾਨੇਗਾ 8ਵੀਂ ਜਮਾਤ ਦਾ ਨਤੀਜਾ ਜੀ ਹਾਂ ਪਿਆਰੇ ਦਰਸ਼ਕੋ ਪੰਜਾਬ ਬੋਰਡ 8ਵੀਂ ਦੀ ਪ੍ਰੀਖਿਆ ਵਿੱਚ ਬੈਠੇ ਵਿਦਿਆਰਥੀਆਂ ਦੇ ਨਤੀਜਿਆਂ ਦੀ ਉਡੀਕ ਜਲਦ ਹੀ ਖਤਮ ਹੋ ਸਕਦੀ ਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿੱਤੀ ਸਾਲ 2022 ਤੇ ਲਈ 8ਵੀਂ ਜਮਾਤ ਲਈ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਕਿਸੇ ਵੀ ਸਮੇਂ ਐਲਾਨੇ ਜਾਣ ਦੀ ਸੰਭਾਵਨਾ ਹੈ ਮੀਡੀਆ ਰਿਪੋਰਟਾਂ ਦੀ ਮੰਨੀ ਦਾ ਨਤੀਜਾ ਇਸ ਮਹੀਨੇ ਦੇ ਅਖੀਰ ਵਿੱਚ ਆ ਸਕਦਾ ਹੈ ਤੁਹਾਨੂੰ ਦਸੀ ਕਿ ਇਸ ਤੋਂ ਪਹਿਲਾਂ ਪੀਐਸਸੀਬੀ ਵੱਲੋਂ 8 ਅਪ੍ਰੈਲ 2023 ਨੂੰ ਪੰਜਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਮਾੜੇ ਨਤੀਜੇ ਹਾਲ ਹੀ ਵਿੱਚ ਅਧਿਕਾਰਤ ਤੌਰ ਤੇ ਐਲਾਨੇ ਗਏ ਸਨ ਜਦ ਕੇ ਨਤੀਜੇ ਦੇਖਣ ਲਈ ਬੀਐਸਸੀਬੀ ਦੀ ਅਧਿਕਾਰਤ ਵੈਬਸਾਈਟ www.pscbi.ac.in ਤੇ ਅਗਲੇ ਦਿਨ ਯਾਨੀ ਕਿ 9 April ਨੂੰ ਓਪਰੇਟ ਕੀਤਾ ਗਿਆ ਸੀ ਇਸ ਤੋਂ ਇਲਾਵਾ ਦੋਸਤੋ ਜੇਕਰ ਆਪਾਂ ਗੱਲ ਕਰੀਏ 8ਵੇਂ ਜਮਾਤ ਦੇ ਤੀਜੇ ਜੀ ਦਾ ਦੋਸਤੋ ਇਸ ਮਹੀਨੇ ਦੇ ਆਖਰੀ ਹਫਤੇ ਇਸ ਨਤੀਜਾ ਐਲਾਨੇ ਜਾਣ ਦੀ ਸੰਭਾਵਨਾ ਪੀਐਸਸੀਬੀ ਕਰ ਸਕਦਾ ਜੀ ਤਾਂ ਪਿਆਰੇ ਦਰਸ਼ਕੋ ਇਹ ਸਨ ਇਸ ਸਮੇਂ ਦੀਆਂ ਸਭ ਤੋਂ ਵੱਡੀਆਂ ਤੇ ਤਾਜ਼ਾ ਖਬਰਾਂ ਜੇਕਰ ਤੁਹਾਨੂੰ ਜ਼ਰੂਰ ਕਿਸ ਤੰਗੀ ਲੱਗੇ ਬਗੇ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਐਂਡ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਕਿਉਂਕਿ ਤੁਹਾਨੂੰ ਆਪਣੇ ਚੈਨਲ ਤੇ ਪੰਜਾਬ ਅਤੇ ਪੰਜਾਬ ਦੇ ਸਕੂਲਾਂ ਦੇ ਨਾਲ ਜੁੜਿਆ ਹੋਈਆਂ ਵੱਡੀਆਂ ਤੋਂ ਵੱਡੀਆਂ ਤੇ ਅਹਿਮ ਖਬਰਾਂ ਲਗਾਤਾਰ ਦੇਖਣ ਦੇ ਲਈ ਮਿਲਦੀਆਂ ਰਹਿਣਗੀਆਂ ਇਹ ਤੁਹਾਡਾ ਆਪਣਾ ਵਾਅਦਾ ਹੈ ਠੀਕ ਹੈ ਜੀ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰਾਖਾ